ਸ਼੍ਰੋਮਣੀ ਅਕਾਲੀ ਦਲ ਬਾਬਾ ਨਾਨਕ ਵਿਖੇ ਅਕਾਲੀਆਂ ਦੇ ਕਾਂਗਰਸੀਆਂ ਚ ਨਾਮਜ਼ਦਗੀ ਪੱਤਰ ਨੂੰ ਲੈ ਕੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਨੂੰ ਪੰਚਾਇਤੀ ਚੋਣਾਂ ਚ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇਣ ਦਾ ਕਾਂਗਰਸੀਆਂ ਤੇ ਦੋਸ਼ ਲੱਗਾ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਦੋਵੇਂ ਗੁੱਟਾਂ ਚ ਇੱਟਾਂ ਪੱਥਰ ਵੀ ਚੱਲੇ, ਜਿਸ ਕਾਰਨ ਸੁਖਜਿੰਦਰ ਸਿੰਘ ਦਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਅਕਾਲੀਆਂ ਵੱਲੋਂ ਇਸ ਦੇ ਵਿਰੋਧ ਚ ਡੇਰਾ ਬਾਬਾ ਨਾਨਕ ਵਿਖੇ ਧਰਨਾ ਵੀ ਲਗਾਇਆ ਗਿਆ। ਜੋ ਅੱਜ ਇੱਕ ਸ਼ਿਕਾਇਤ ਆਈ ਸਾਡੇ ਕੋਲ, ਜਿਹਦੇ ਸੰਬੰਧ ਦੇ ਵਿੱਚ ਸ਼੍ਰੀ ਇੰਦਰਜੀਤ ਸਿੰਘ ਜੀ ਰੰਧਾਵਾ ਸਾਹਿਬ, ਭਗਵਾਨ ਸਾਹਿਬ, ਖਲੀਲਪੁਰ ਸਾਹਿਬ, ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜੋ ਇਹਨਾਂ ਤੋਂ ਅਸੀਂ ਦਰਖਾਸਤ ਲੈ ਕੇ ਉਹਦੇ ਉੱਤੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਊਗੀ। ਹੁਣ ਇਹਨਾਂ ਦੀ ਸਹਿਮਤੀ ਦੇ ਨਾਲ ਅਤੇ ਇਸ ਨੂੰ ਇਹਨਾਂ ਨੇ ਚੱਕ ਲਿਆ, ਧਰਨੇ ਨੂੰ ਖਤਮ ਕੀਤਾ ਗਿਆ। ਬਿਲਕੁਲ, ਉਹ ਵੀਡੀਓ ਵੈਰੀਫਾਈ ਕੀਤੀ ਜਾਊਗੀ, ਜਿਸ ਕਿਸੇ ਦਾ ਗਲਤੀ ਸਾਹਮਣੇ ਆਉਂਦੀ ਆ ਉਹਦੇ ਖਿਲਾਫ਼ ਕਾਰਵਾਈ ਕੀਤੀ।